ਜਿਹੜੇ ਕਹਿੰਦੇ ਆਰਾਮ ਕਰਦੇ ਨੇ ਤੁਹਾਨੂੰ ਮਿਹਨਤ ਕਰਨੀ ਪੈ ਰਹੀ ਕੀ ਕਹਿਣਾ ਚਾਹੋਗੇ ਪਤਾ ਕੀ ਹੈ ਕੋਈ ਸਾਥ ਹੈ ਨਹੀਂ ਆਪਣਾ ਕੰਮ ਕਰਕੇ ਟਾਈਮ ਪਾਸ ਕਰਦੇ ਪਏ ਆ ਮਕਾਨ ਕਿਰਾਏ ਤੇ ਆ ਇੱਕ ਲੜਕੀ ਦਾ ਘਰ ਵਾਲਾ ਹੈ ਨਹੀਂ ਉਹ ਵੀ ਮੇਰੇ ਕੋਲ ਉਹਦਾ ਲੜਕਾ ਵੀ ਮੇਰੇ ਕੋਲ ਆ ਅਸੀਂ ਮਾਵਾਂ ਤੇ ਆਪਣਾ ਟਾਈਮ ਪਾਸ ਕਰਦੇ ਹਾਂ ਬੱਚੇ ਹੈਗੇ ਆ ਪਰ ਹੁਣ ਪੁੱਛਦੇ ਹੀ ਨਹੀਂ ਹੈਗੇ ਮੈਨੂੰ ਉਹ ਬਸ ਕਹਿੰਦੇ ਜੋ ਹੈਗਾ ਸਾਨੂੰ ਦੇਈ ਜਾ ਨਾ ਹੀ ਮੈਨੂੰ ਬੁਲਾਉਂਦੇ ਆ ਨਾ ਮੈਨੂੰ ਚਲਾਉਂਦੇ ਮੇਰਾ ਕੋਈ ਸਾਥ ਨਹੀਂ ਹੈਗਾ ਮੇਰੀ ਉਹੀ ਕੁੜੀ ਜਿਹੜੀ ਮੇਰੀ ਬਾਂਹ ਬੇਲੀ ਬਣੀ ਆ ਮੁੰਡਿਆਂ ਬਰੋਬਰ ਕੀ ਕਾਰਨ ਰਿਹਾ ਮਾਤਾ ਉਹ ਬੁਲਾਉਂਦੇ ਨਹੀਂ ਤੁਹਾਨੂੰ ਬਸ ਉਹ ਪੈਸੇ ਮੰਗਦੇ ਆ ਪੈਸੇ ਦੇ ਦੇ ਪੈਸੇ ਮੈਂ ਕਿੱਥੋਂ ਲਿਆ ਕੇ ਦੇਵਾਂ ਦੋ ਮੁੰਡੇ ਥਾਂ ਤੇ ਕੁੜੀਆਂ ਹੋ ਜਾਂਦੀਆਂ ਉਹ ਵਧੀਆ ਜੀਵਨ ਰੱਬ ਵੀ ਨੇੜੇ ਹੋ ਕੇ ਸੁਣਦਾ ਜਦ ਮਾਵਾਂ ਕਰਨ ਦਮਾਵਾਂ ਇੱਕ 65 ਸਾਲ ਦੀ ਮਾਂ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹੜੇ ਠੋਕਰਾ ਖਾਣ ਨੂੰ ਮਜਬੂਰ ਹੈ ਸੋ ਤਸਵੀਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਮਾਂ ਦੀ ਉਮਰ 65 ਸਾਲ ਦੀ ਹੈ ਅਤੇ ਬਿੱਟਾ ਚੌਂਗ ਦੇ ਵਿੱਚ ਮਾਤਾ ਨੇ ਇੱਕ ਰੇਹੜੀ ਲਗਾਈ ਹੋਈ ਹੈ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਸੇਬ ਹੈ ਉਹ ਲਗਾਏ ਹੋਏ ਨੇ ਅਤੇ ਇੱਕ ਪਾਸੇ ਜਿਹੜੇ ਕੇਲੇ ਹੈ ਉਹ ਪਏ ਨੇ ਇਹ ਵੇਚ ਕੇ ਮਾਤਾ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਸੋ ਮਾਤਾ ਦੀ ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਹ 65 ਸਾਲ ਦੀ ਮਾਤਾ ਹੈ ਜਦੋਂ 65 ਸਾਲ ਦੀ ਉਮਰ ਹੁੰਦੀ ਹੈ ਜਿਹੜਾ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਇਹ ਆਰਾਮ ਕਰਨ ਦੀ ਉਮਰ ਹੁੰਦੀ ਪਰ ਮਾਤਾ ਮਿਹਨਤ ਕਰਨ ਨੂੰ ਮਜਬੂਰ ਹੈ ਮਾਤਾ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਅਤੇ ਇਸ ਉਮਰ ਦੇ ਵਿੱਚ ਤਾਂ ਮਤਲਬ ਕਿ ਜਿਹੜੇ ਬਜ਼ੁਰਗ ਹੁੰਦੇ ਆਰਾਮ ਕਰਦੇ ਨੇ ਤੁਹਾਨੂੰ ਮਿਹਨਤ ਕਰਨੀ ਪੈ ਰਹੀ ਕੀ ਕਹਿਣਾ ਚਾਹੋਗੇ ਪਤਾ ਕੀ ਹੈ ਕੋਈ ਸਾਥ ਹੈ ਨਹੀਂ ਆਪਣਾ ਕੰਮ ਕਰਕੇ ਟਾਈਮ ਪਾਸ ਕਰਦੇ ਪਏ ਆ ਮਕਾਨ ਕਿਰਾਏ ਤੇ ਆ ਇੱਕ ਲੜਕੀ ਦਾ ਘਰ ਵਾਲਾ ਹੈ ਨਹੀਂ ਉਹ ਵੀ ਮੇਰੇ ਕੋਲ ਉਹਦਾ ਲੜਕਾ ਵੀ ਮੇਰੇ ਕੋਲ ਆ ਅਸੀਂ ਮਾਵਾਂ ਤੇ ਆਪਣਾ ਟਾਈਮ ਪਾਸ ਕਰਦੇ ਹਾਂ ਤੇ ਮਾਤਾ ਜੀ ਪਰਿਵਾਰ 'ਚ ਹੁਣ ਕੋਣ ਹੈ ਬੇਟੇ ਹੈਗੇ ਤੁਹਾਡੇ ਬੇਟੇ ਮੇਰੇ ਸਾਥ ਨਹੀਂ ਹੈਗੇ ਕੋਈ ਵੀ ਬਸ ਅਸੀਂ ਤਿੰਨੇ ਹੀ ਜਣੇ ਹੈਗੇ ਆਪਣਾ ਕਰਦੇ ਹਾਂ ਕਿੰਨੇ ਬੇਟੇ ਨੇ ਬੇਟਿਆਂ ਕੋਲੋਂ ਤੁਸੀਂ ਕਦੋਂ ਤੋਂ ਨਹੀਂ ਰਹਿ ਰਹੇ ਉਹ ਮੈਨੂੰ ਹੋ ਗਏ 5-6 ਸਾਲ ਹੋ ਗਏ ਮੇਰੇ ਨਾਲ ਨਹੀਂ ਹੈਗੇ ਕੀ ਕਰਨ ਰਿਹਾ ਮਾਤਾ ਤੁਹਾਡੇ ਨਾਲ ਨਹੀਂ ਰਹਿ ਰਹੇ ਜੀ ਉਹ ਤੁਹਾਨੂੰ ਕੀ ਕਰੋ ਕਿਵੇਂ ਕੀ ਮਤਲਬ ਕਦੋਂ ਤੱਕ ਉਹਦੇ ਨਾਲ ਰਹੇ ਹੋ ਕੀ ਉਹਨਾਂ ਨੇ ਵਿਆਹ ਤੋਂ ਵਿਆਹ ਹੋ ਗਿਆ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਦੇ ਬੱਚੇ ਹੈਗੇ ਆ ਪਰ ਹੁਣ ਪੁੱਛਦੇ ਹੀ ਨਹੀਂ ਹੈਗੇ ਮੈਨੂੰ ਉਹ ਬਸ ਕਹਿੰਦੇ ਜੋ ਹੈਗਾ ਸਾਨੂੰ ਦੇਈ ਜਾ ਤੇ ਮੈਂ ਕਿਸ ਤਰ੍ਹਾਂ ਦਾ ਮੈਂ ਆਪਣਾ ਤੇ ਦੇਖਣਾ ਦਵਾਈ ਬੂਟੀ ਸਭ ਕੁਝ ਲੈਣੀ ਹੁੰਦੀ ਆ ਦਵਾਈ ਤੋਂ ਬਿਨਾਂ ਮੈਂ ਬਹਿ ਨਹੀਂ ਸਕਦੀ ਕੁਛ ਨਹੀਂ ਕਰਦੇ 6-7 ਲੈ ਕੇ ਰਾਤ ਦੇ 8 ਵਜੇ ਤੱਕ ਬੈਠੀ ਰਹਿੰਦੀ ਇੱਥੇ ਮੇਰਾ ਕੋਈ ਸਾਥ ਨਹੀਂ ਹੈਗਾ ਮੇਰੀ ਉਹੀ ਕੁੜੀ ਜਿਹੜੀ ਮੇਰੀ ਬਾਂਹ ਬੇਲੀ ਬਣੀ ਆ ਮੁੰਡਿਆਂ ਬਰੋਬਰ ਮੇਰੇ ਨਾਲ ਤੇ ਮਾਤਾ ਇਹ ਜਿਵੇਂ ਤੁਸੀਂ ਰੇੜੀ ਲਾ ਕੇ ਬਹਿੰਦੇ ਹੋ ਮਿਹਨਤ ਕਰ ਰਹੇ ਹੋ ਤੇ ਇਹ ਮਤਲਬ ਘਰ ਦਾ ਗੁਜ਼ਾਰਾ ਵਧੀਆ ਹੋ ਜਾਂਦਾ ਨਹੀਂ ਵਧੀਆ ਹੁੰਦਾ ਤਾਂ ਫਿਰ ਜ਼ਰੂਰ ਬੈਠਣਾ ਸੀ ਮਕਾਨ ਵੀ ਕਿਰਾਏ 'ਤੇ ਆ ਕੁੜੀ ਵਿਚਾਰੀ ਮੰਡੀਓ ਸੌਦਾ ਲਿਆਉਂਦੀ ਤਾਂ ਮੈਨੂੰ ਜੋੜ ਜਾੜ ਕੇ ਦੇ ਕੇ ਜਾਂਦੀ ਆ ਜੇ ਮੁੰਡੇ ਹੋਣ ਤਾਂ ਨਾਲ ਬਰੋਬਰ ਦੀ ਰੇੜੀ ਮੈਂ ਭਰ ਕੇ ਲਾਵਾਂ ਚਾਹੇ ਤੇਰੇ ਮੇਰੇ ਕੋਲ ਪੈਸੇ ਲਾ ਕੇ ਭਰ ਕੇ ਲਾ ਲਾਂ ਜਦ ਸਾਥ ਹੀ ਹੈ ਨਹੀਂ ਇਕੱਲੀ ਦਮੀ ਦਮ ਹੈਗੀ ਆ ਮੈਂ ਤੇ ਜਿਹੜੇ ਤੁਹਾਡੇ ਬੇਟੇ ਨੇ ਤੁਹਾਨੂੰ ਪੁੱਛ ਕੇ ਨਹੀਂ ਕਰਦੇ ਨਾ ਕੋਈ ਨਹੀਂ ਪੁੱਛਦੇ ਮੈਨੂੰ ਨਾ ਹੀ ਮੈਨੂੰ ਬੁਲਾਉਂਦੇ ਆ ਨਾ ਮੈਨੂੰ ਚਲਾਉਂਦੇ ਕੀ ਕਾਰਨ ਰਿਹਾ ਮਾਤਾ ਉਹ ਬੁਲਾਉਂਦੇ ਨਹੀਂ ਤੁਹਾਨੂੰ ਬਸ ਉਹ ਪੈਸੇ ਮੰਗਦੇ ਆ ਪੈਸੇ ਦੇ ਦੇ ਪੈਸੇ ਮੈਂ ਕਿੱਥੋਂ ਲਿਆ ਕੇ ਦੇਵਾਂ ਤੇ ਮਾਤਾ ਘਰ ਦੇ ਉਹਨਾਂ ਦੇ ਹਾਲਾਤ ਕਿੱਦਾਂ ਦੇ ਘਰੋਂ ਮਤਲਬ ਠੀਕ ਨੇ ਘਰ ਉਹ ਆਪਣਾ ਠੀਕ ਠਾਕ ਖਾਂਦੇ ਪੀਂਦੇ ਆ ਮਾਂ ਸੇ ਕੁਝ ਨਹੀਂ ਹੈਗਾ ਉਹਦਾ ਸਭ ਕੁਝ ਹੈ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਧੀ ਅੱਜ ਮੋਢੇ ਨਾਲ ਮੋਢਾ ਲਾ ਕੇ ਖੜੀ ਕਿਸ ਤਰੀਕੇ ਨਾਲ ਤੁਹਾਨੂੰ ਮਹਿਸੂਸ ਹੋ ਰਿਹਾ ਜੀ ਉਹ ਮੇਰਾ ਠੀਕ ਹੈ ਮੇਰਾ ਪ੍ਰੇਸ਼ਨ ਹੋਏ ਤਾਂ ਵੀ ਉਹ ਮੇਰੇ ਨਾਲ ਸਾਥ ਸੀਗਾ ਮੁੰਡਾ ਹੋਟਲ ਤੇ ਰਿਹਾ ਉਹਨਾਂ ਨੇ ਹੋਟਲ ਵਾਲੇ ਨੇ ਰੋਟੀ ਰੁਟੀ ਖਵਾਈ ਰਾਤ ਤੱਕ ਉਹਨਾਂ ਨੇ ਰੱਖਿਆ ਮੇਰੇ ਨਾਲ ਬਾਹਰ ਦੇ ਸਹਿਮਤ ਹੋ ਸਕਦੇ ਆ ਘਰ ਦੇ ਨਹੀਂ ਮੇਰੇ ਨਾਲ ਸਹਿਮਤ ਤੇ ਮਾਤਾ ਜੀ ਗੱਲ ਕਰੀਏ ਬੱਚੇ ਛੋਟੇ ਛੋਟੇ ਸੀਗੇ ਜਿਹੜੇ ਦੋਨੋਂ ਮੁੰਡੇ ਸੀ ਛੋਟੇ ਛੋਟੇ ਸੀ ਤੇ ਛੋਟਿਆਂ ਨੂੰ ਵੱਡਾ ਕਰਤਾ ਤੇ ਆਸ ਬੜੀ ਹੁੰਦੀ ਜਦੋਂ ਮਾਂ ਪਿਓ ਕਹਿੰਦੇ ਜਦੋਂ ਆਪਾਂ ਬਜ਼ੁਰਗ ਹੋਵਾਂਗੇ ਸਾਡੇ ਬੁਢਾਪੇ ਦਾ ਸਹਾਰਾ ਬਣਨਗੇ ਕੀ ਕਹਿਣਾ ਚਾਹੋਗੇ ਕੋਈ ਨਹੀਂ ਬਣਦੇ ਹੈਗੇ ਮੈਂ ਤਾਂ ਕਹਿੰਦੀ ਇਸ ਗੱਲ ਨਾ ਮੁੰਡੇ ਹੋਣ ਉਹ ਵਧੀਆ ਮੇਰੇ ਦੋ ਮੁੰਡੇ ਥਾਂ ਤੇ ਕੁੜੀਆਂ ਹੋ ਜਾਂਦੀਆਂ ਉਹ ਵਧੀਆ ਕੁੜੀਆਂ ਦੇ ਵੀ ਵਿਆਹ ਵੀ ਮੈਂ ਆਪਣੇ ਹੱਥੀਂ ਕੀਤੇ ਮੁੰਡਿਆਂ ਦੇ ਵੀ ਕੀਤੇ ਉਹਨਾਂ ਦਾ ਪਿਓ ਹੈ ਨਹੀਂ ਸੀਗਾ ਅਤੇ ਉਹਨਾਂ ਦੇ 50 ਸਾਲ ਹੋ ਗਏ ਪੂਰੇ ਹੋਏ ਨੇ ਉਹਦੇ ਚਾਚਾ ਵੀ ਪੂਰਾ ਹੋ ਗਿਆ ਸਭ ਪੂਰੇ ਹੋ ਗਏ ਹੁਣ ਅਸੀਂ ਮਾਵਾਂ ਤੀਆਂ ਆਪਣੇ ਰਹਿ ਰਹੀਆਂ ਅਤੇ ਮਾਤਾ ਜੀ ਜੇ ਗੱਲ ਕਰੀਏ ਤੁਹਾਡੇ ਹਸਬੈਂਡ ਉਹਨਾਂ ਨੂੰ 50 ਸਾਲ ਹੋ ਗਏ ਪਹਿਲੇ ਨਿਗਾਹ ਗਈ
ਫਿਰ ਕੋਠੇ ਤੋਂ ਤੀਜੀ ਮੰਜ਼ਿਲ ਤੋਂ ਥੱਲੇ ਡਿੱਗੇ, ਚੁੱਕਣਾ ਟੁੱਟ ਗਿਆ, ਉਹਨਾਂ ਦਾ ਵੀ ਉਹ ਵੀ ਕਰਾਇਆ ਮੈਂ ਸਾਰਾ ਕੁਛ। ਫਿਰ ਬੱਚੇ ਨਹੀਂ, ਲੈਟਰਿਨ ਲੱਗ ਗਈਆਂ, ਇੱਕ ਪਲੰਗ 'ਚ ਚੱਕਦੀ ਸੀ, ਦੂਜੇ 'ਚ ਪਾਉਂਦੀ ਸੀ, ਲੈਟਰਿਨ ਵਿੱਚੇ ਹੀ ਕਰਦੇ ਸੀ। ਤੂੰ ਜਿਹੜੀ ਬੇਟੀ ਹੈ, ਬੇਟੀ ਤੁਹਾਡੇ ਕੋਲ ਰਹਿ ਰਹੀ ਹੈ, ਉਹ ਉਹਨਾਂ ਦੇ ਹਸਬੈਂਡ? ਉਹਨਾਂ ਦੇ ਵੀ ਪੂਰੇ ਹੋ ਗਏ, ਉਹਨਾਂ ਦਾ ਵੀ ਹੈ ਨਹੀਂ, ਉਹਦਾ ਟਰੱਕ ਨਾਲ ਐਕਸੀਡੈਂਟ ਹੋਇਆ, ਉਹ ਵੀ ਪੂਰੇ ਹੋ ਗਏ ਜੀ। ਉਹਦੇ ਸਹੁਰੇ ਵੀ ਨਹੀਂ ਉਹਨੂੰ ਪੁੱਛਿਆ, ਮੁੜ ਕੇ ਉੱਥੇ ਹੀ ਬੈਠੇ। ਤੇ ਕਹਿ ਸਕਦੇ ਆ ਜਿਵੇਂ ਤੁਸੀਂ ਜਵਾਨੀ ਟਾਈਮ ਵੀ ਹੁਣ ਮਿਹਨਤ ਕੀਤੀ, ਜਵਾਨੀ ਟਾਈਮ ਵੀ ਕਰਦੇ ਰਹੇ ਜੀ? ਜਵਾਨੀ ਟਾਈਮ ਵੀ ਕਰਦੇ ਰਹੇ ਹਾਂ, ਪੇਕੇ ਵੀ ਸਾਰਾ ਦਿਨ ਕੰਮ ਕਰਦੇ, ਲਿਫਾਫੇ ਬਣਾਉਂਦੇ ਸੀਗੇ, ਸੌ ਸੌ ਲੈ ਕੇ ਕੀ ਜਣਾ ਬਣਾਉਂਦਾ ਸੀ ਲਿਫਾਫੇ, ਚਾਹ ਪੀਂਦੇ ਸੀ, ਗੁੜ ਵਾਲੀ ਚਾਹ ਪੀਂਦੇ, ਦੁੱਧ ਤੋਂ ਬਗੈਰ ਪੀਂਦੇ ਸੀ। ਟਾਈਮ ਬਹੁਤ ਧੋਖੇ ਕੱਟੇ ਹੋਇਆ, ਮੈਂ ਉਹੀ ਟਾਈਮ ਯਾਦ ਕਰਨੀ ਆ, ਤੇ ਚੁੱਪ ਕਰਕੇ ਇੱਥੇ ਬੈਠੀ। ਮਾਤਾ ਜੀ ਗੱਲ ਕਰੀਏ, ਜਵਾਨੀ ਟਾਈਮ ਜਦੋਂ ਅਸੀਂ ਕੰਮ ਕਰਦੇ ਸੀਗੇ, ਮਿਹਨਤ ਕਰਦੇ ਸੀ, ਤਾਂ ਤੁਹਾਨੂੰ ਆਸ ਹੋਣੀ ਜਦੋਂ ਮੈਂ ਬਜ਼ੁਰਗ ਹੋਊਂਗੇ ਮੇਰੇ ਬੱਚੇ ਮੈਨੂੰ ਸਾਂਭਣਗੇ, ਤੇ ਅੱਜ ਬੱਚੇ ਪੁੱਛਦੇ ਨੇ ਕਿਸ ਤਰੀਕੇ ਦਾ ਮਹਿਸੂਸ ਹੋ ਰਿਹਾ ਜੀ? ਮੇਰੇ ਦਿਲ ਨੂੰ ਕੁਛ ਨਹੀਂ ਪਈ, ਮੈਂ 10 ਵਾਰੀ ਰੋ ਲੈਣੀ ਆ, 10 ਵਾਰੀ ਚੁੱਪ ਕਰਦੀ ਤੇਰੇ ਘਰਾਂ। ਮਾਤਾ ਘਰ ਦਾ ਗੁਜ਼ਾਰਾ ਹੋ ਜਾਂਦਾ ਇੱਥੋਂ ਜੀ? ਗੁਜ਼ਾਰਾ ਇੱਥੋਂ ਨਹੀਂ ਹੁੰਦਾ, ਬਹੁਤ ਮੁਸ਼ਕਿਲ ਨਾਲ ਹੁੰਦਾ ਗੁਜ਼ਾਰਾ ਇੱਥੇ, ਬਚ ਜਾਣ 30-40 ਰੁਪਏ, 50 ਰੁਪਏ ਬਚ ਜਾਣ ਤੇ ਬਚ ਜਾਣ। ਲਾਸਟ ਆਪਣੇ ਦਰਸ਼ਕ ਨੂੰ ਕੀ ਕਹਿਣਾ ਚਾਹੁੰਗੇ ਜੀ ਜਾਂਦੇ ਹੋਏ? ਵੀ ਚਲ ਜੇ ਮੇਰੀ ਮਦਦ ਕੋਈ ਹੁੰਦੀ ਤਾਂ ਕਰ ਦੇਣ, ਮੈਂ ਰੇੜੀ ਭਰ ਕੇ ਸੌਦੇ ਦੀ ਲਾ ਕੇ ਡਹਿ ਜਾ, ਹੁਣ ਇਹ ਕੇਲੇ ਸੇ 'ਚ ਕੀ ਬਚਦਾ, 10 ਗੁੱਛੇ ਵੇਚਾ ਤਾਂ ਮੈਂ 50-30-40 ਰੁਪਏ ਬਚਦਾ, ਉਹੀ ਮੇਰਾ ਰੱਖਿਆ ਤੇ ਕਿਰਾਇਆ ਲੱਗ ਜਾਂਦਾ। ਮਾਤਾ ਜੀ ਆਪਣੀ ਗੱਲ ਵਿੱਚ ਰਹਿ ਗਈ ਸੀ, ਜਿਵੇਂ ਤੁਸੀਂ ਘਰ ਦਾ ਜਿਹੜਾ ਕਿਰਾਇਆ, ਕਿਰਾਇਆ ਕਿਵੇਂ ਕੱਢਦੇ ਹੋ, ਕਿਰਾਇਆ ਨਿਕਲ ਜਾਂਦਾ ਉੱਥੋਂ? ਉਹ ਕੁੜੀ ਦਾ ਕੰਮ ਆ ਜਾਏ ਤਾਂ ਕੁੜੀ ਕੰਮ ਕਰ ਲੈਂਦੀ ਹੈ ਅਤੇ ਚੱਲੀ ਜਾਂਦੀ ਹੈ, ਨਹੀਂ ਤਾਂ ਬਸ ਇਸੇ 'ਚ ਜਿਵੇਂ ਔਖਾ ਸੌਖਾ, 2 ਮਹੀਨਿਆਂ ਦਾ ਕਿਰਾਇਆ ਬਿਜਲੀ ਦਾ ਬਿੱਲ ਦੇਣਾ ਜੇ ਮੈਂ, ਬਸ ਟਾਈਮ ਰੱਬ ਜਿਵੇਂ ਮਰਜ਼ੀ ਪਾਸ ਕਰੀ ਜਾਂਦਾ, ਚੁੱਪ ਕਰਕੇ ਕਰ ਲਈਦਾ, ਰੱਬ ਦਾ ਸ਼ੁਕਰ ਕਰਦੀ ਹਾਂ ਮੈਂ। ਇਹ ਨੇ ਬਜ਼ੁਰਗ ਮਾਤਾ ਜਿਨ੍ਹਾਂ ਦੀ 65 ਸਾਲ ਦੀ ਉਮਰ ਹੈ, ਇਹਨਾਂ ਦਾ ਇਹੀ ਕਹਿਣਾ ਹੈ ਜੇ ਜਿਹੜੇ ਮੇਰੇ ਪੁੱਤ ਨੇ, ਦੋਨੋਂ ਪੁੱਤ, ਆਪਣੇ ਪਰਿਵਾਰ ਦੇ ਲਈ ਤਾਂ ਸਭ ਕੁਝ ਹੈਗਾ, ਪਰ ਬਜ਼ੁਰਗ ਮਾਂ ਦੇ ਲਈ ਕੁਛ ਨਹੀਂ ਹੈਗਾ। ਲੁਧਿਆਣਾ ਤੋਂ ਰਾਹੁਲ ਅਰੋੜਾ, PTC ਨਿਊਜ਼, ਲੁਧਿਆਣਾ।